ਮੈਂ ਛਾਤੀ ਨਾਲ ਲੈਣਾ, ਜੇ ਸਤਿਕਾਰ ਨਾ ਕਰਿਆ, ਜੇ ਪਿਆਰ ਨਾ ਕਰਿਆ, ਫਿਰ ਆਪਾਂ ਨੂੰ ਪੰਜਾਬ ਅੰਦਰਾ ਪੰਜਾਬ ਕੌਣ ਕਹੂਗਾ? ਸੋ ਜਿਹੜੀਆਂ ਨਫ਼ਰਤੀ ਤਕਰੀਰਾਂ ਨਾਲ ਆਪਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ, ਇਹਨਾਂ ਤੋਂ ਬਚਣ ਦੀ ਜ਼ਰੂਰਤ ਆ। ਤੇ ਇਹਨਾਂ ਦੇ ਨਾਲ ਇਹ ਕਹਿੰਦੇ ਵੀ ਤੈਨੂੰ ਬਾਹਰ ਰੋੜ ਕੇ ਲੈ ਕੇ ਆਏ ਨੇ ਜਾਂ ਤੈਨੂੰ ਤੰਗ ਪਰੇਸ਼ਾਨ ਕਰਾ ਕੇ ਲੈ ਕੇ ਆਏ ਨੇ। ਮੈਂ ਖਹਿਰਾ ਸਾਹਿਬ ਤੇ ਬਾਜਵਾ ਸਾਹਿਬ ਆਪਣੀ ਹਿੰਮਤ ਨਾਲ ਦਰਾਸ ਦੇ ਮਰੀਟੂ ਤੋਂ ਲੈ ਕੇ ਅੱਜ ਤੱਕ ਆਪਣੀ ਮਿਹਨਤ ਦੇ ਸਦਕਾ ਕਰਦੀ ਹਿੱਕ ਦੇ ਜੋਰ ਸਦਕਾ ਇੱਥੇ ਤੱਕ ਪਹੁੰਚਿਆ। ਨਾ ਕਿ ਮੈਂ ਤੁਹਾਡੇ ਤੋਂ ਅੱਗੇ ਮੰਗੂ, ਫਿਰ ਮੈਂ ਅੱਜ ਸਿਫਾਰਸ਼ਾਂ ਨੂੰ ਆ ਕੇ ਦੇਣਾ ਚਾਹੁੰਦਾ। ਤੇ ਬਾਜਵਾ ਸਾਹਿਬ ਯਾਦ ਆ ਉਹ ਦਿਨ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਚ ਰੋਲ ਦਵਾਵੇ, ਤੇ ਅੱਜ ਤੂੰ ਤਾਂ ਅਰਬੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਜਵਾ ਸਾਹਿਬ ਤੁਹਾਡਾ ਮੁੰਡਾ ਅਰਬੀ ਘੋੜਾ ਤੇ ਇੱਧਰ ਖਰਚੇ ਦਾ ਜਿਹੜੀ ਮਰਜ਼ੀ ਸਟੇਜ ਤੇ ਖੜਾ ਦਿਓ, ਜਿਹੜੇ ਮਰਜ਼ੀ ਪੇਚਾ ਪਾ ਦਿਓ, ਭੱਜਣਾ ਹੁਣ ਭੱਜ ਲਵੇ, ਭੁੱਲਣਾ ਹੋਵੇ ਭੁੱਲ ਲਵੇ, ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਲਵੇ। ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ, ਕਿ ਛੋਟੀ ਨੌਕਰੀ ਕਰਨ ਵਾਲੇ ਆਪਣੇ ਟੱਬਰ ਨੂੰ ਬਾਹਰ ਪੋਸ ਨਹੀਂ ਸਕਦੇ। ਅੱਜ ਖੜਾ ਮੈਂ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਕਿ ਬਾਜਵਾ ਸਾਹਿਬ ਥੋੜੀ ਉਮਰ ਵੱਡੀ ਆ, ਮੇਰੇ ਪਿਤਾ ਜੀ ਏਮ ਰਿਟਾਇਰ ਨੇ ਐਫਸੀਆਈ ਚੋਂ, ਕਦੇ ਓਪਨ ਚੇਅਰ ਕਰਦਾ, ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ। ਜਦ ਨੂੰ ਤੁਸੀਂ ਭੀੜੀ ਬੀਜੇਪੀ ਚੜਾਉਣੇ ਹੋ ਨਾ, ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਹੋਏ ਹੁੰਦੇ ਹਾਂ, ਅਸੀਂ ਮਿਹਨਤ ਕਰਨ ਵਾਲੇ ਬਣੇ ਹਾਂ। ਐਜੂਕੇਸ਼ਨ ਦੀ ਗੱਲ ਹੋਵੇ, ਸਿੱਖਿਆ ਦੀ, ਚਾਹੇ ਸਿਹਤ ਸੇਵਾਵਾਂ ਦੀ, ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ, ਚਾਹੇ ਬਿਜਲੀ ਦੀ ਗੱਲ ਹੋਵੇ ਮੁਫ਼ਤ ਦੀ, ਤੇ ਚਾਹੇ ਟੋਲ ਪਲਾਜ਼ਿਆਂ ਦੀ ਗੱਲ ਹੋਵੇ। ਮੈਂ ਸੋਚ ਨਾਲ ਆਇਆ, ਮੈਂ ਧੱਕੇ ਨਾਲ ਨਹੀਂ ਆਇਆ, ਮੈਂ ਸੋਚ ਤੇ ਪਹਿਲਾਂ ਦੇਵਾਂਗਾ ਤੇ ਮੈਨੂੰ ਮਾਣਨਾ। ਜਿਹੜੇ ਬੰਦੇ ਦੀ ਮੈਂ ਉਲਟ ਲੜਿਆ ਇਲੈਕਸ਼ਨ, ਉਹ ਬੰਦਾ ਮੈਨੂੰ ਛੋਟਾ ਭਰਾ ਬਣਾ ਕੇ ਆਪਦੇ ਨਾਲ ਇਸ ਪਾਰਟੀ ਦੇ ਵਿੱਚ ਲੈ ਕੇ ਆਇਆ। ਤੇ ਮੈਂ ਗੱਲ ਕਰਨੀ ਚਾਹੁੰਦਾ, ਜਿਹੜੀਆਂ ਲੋਕਾਂ ਨੇ ਚੰਗਾ ਜਾਂ ਮਾੜਾ ਬੋਲਿਆ, ਮੈਂ ਪਰਮਾਤਮਾ ਦੇ ਹੱਥ ਜੋੜ ਕੇ ਇਹ ਅਰਦਾਸ ਕਰਦਾ ਕਿ ਸਭ ਨੂੰ ਚੜ੍ਹਦੀ ਕਲਾ ਤੇ ਰੱਖਿਓ ਪਰਮਾਤਮਾ, ਉਹਨਾਂ ਨੂੰ ਸਮਰੱਥ ਬਖਸ਼ਿਓ, ਉਹਨਾਂ ਦੇ ਘਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ, ਕਿਉਂਕਿ ਆਪਾਂ ਨੇ ਨਫ਼ਰਤ ਨਹੀਂ ਫੈਲਾਉਣੀ, ਆਪਾਂ ਨੇ ਭਾਈਚਾਰਕ ਸਾਂਝ ਪੈਦਾ ਕਰਨੀ ਆ, ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹੰਬਲਾ ਮਾਰ ਕੇ ਜਿਹੜਾ ਇਸ ਟਾਈਮ ਉਮੀਦਵਾਰ ਦੀ ਗੱਲ ਕਰ ਰਹੇ ਹਾਂ, ਮੇਰਾ ਆਪਣਾ ਉਮੀਦ ਹੈ ਅਸੀਂ ਦੋਵੇਂ ਯੂਨੀਵਰਸਿਟੀ ਦੇ ਸਾਥੀ ਆ, ਚਾਹੇ ਰਾਜਨੀਤੀ ਸਾਡੇ ਆਪਸ ਦੇ ਵਿੱਚ ਵਖਰੇ ਸੀ, ਪਰ ਅਸੀਂ ਦੋਵਾਂ ਨੇ ਇਕੱਠਿਆਂ ਨੇ ਹਮੇਸ਼ਾ ਪਹਿਲੇ ਦਿਨ ਤੋਂ ਮਿਹਨਤ ਕਰਕੇ ਉਹਦੇ ਤੱਕ ਪਹੁੰਚਿਆ। ਤੇ ਇੰਨਾ ਮਿੱਠੂ ਬੰਦਾ, ਇੰਨਾ ਹਲੀਮੀ ਆ ਬੰਦਾ, ਤੇ ਇੱਕ ਮੁੱਦੇ ਦੇ ਉੱਤੇ ਪ੍ਰਗਟ ਰੱਖਣ ਵਾਲਾ ਬੰਦਾ ਨੌਜਵਾਨ, ਇਸ ਨੌਜਵਾਨ ਦੀ ਸਾਰੇ ਜਾਣੇ ਪੂਰੀ ਤਨਦੇਹੀ ਨਾਲ ਜਿਹੜੀ ਸਪੋਰਟ ਕਰੀਏ,